ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਅੱਜ ਜੀ ਮੈਂ ਆਪਣਾ ਬਲੌਗ ਸ਼ੁਰੂ ਕੀਤਾ ਸਵੇਰ ਤੋਂ ਸਵੇਰੇ ਨੋਕ ਵੇ ਦਾ ਟਾਈਮ ਹੋਣਾ ਚਾਹ ਵਗੈਰਾ ਪੀ ਚੁੱਕੀ ਹਾਂ ਮੈਂ ਤੇ ਅੰਦਰ ਮੈਂ ਲੱਗੀ ਹਾਂ ਜੀ ਫਲੀਆਂ ਵਗੈਰਾ ਛਿੱਲਣ ਕੁਝ ਫਲੀਆਂ ਪੱਕੀਆਂ ਸੀ ਤੇ ਉਹਦੇ ਮੈਂ ਦਾਣੇ ਕੱਢਦੀ ਪਈ ਹਾਂ ਤੇ ਜਿਹੜੀ ਸਹੀ ਨਹੀਂ ਉਹਨਾਂ ਨੂੰ ਆਪਾਂ ਕੱਟ ਲਾਂਗੇ ਤੇ ਅੰਦਰ ਜੀ ਆਪਾਂ ਮੰਡੀਆਂੋਂ ਸਬਜ਼ੀ ਲਿਆ ਕੇ ਰੱਖੀਆਂ ਸੀਗੀਆਂ ਟੋਕਰੀ ਦੇ ਵਿੱਚ ਰਾਤੀ ਕੱਢ ਕੇ ਰੱਖਤੀਆਂ ਸੀ ਤੇ ਹੁਣ ਮੈਂ ਜਿਹੜੀ ਫ੍ਰਿਜ 'ਚ ਰੱਖਣੀ ਆ ਫ੍ਰਿਜ 'ਚ ਰੱਖ ਦਾਂਗੀ ਜਿਹੜੀ ਕੱਟਣ ਵਾਲੀਆਂ ਨੇ ਉਹਨਾਂ ਨੂੰ ਕੱਟ ਕੇ ਰੱਖ ਲਾਂਗੀ ਜਿੱਦਾਂ ਗੋਭੀ ਕੱਟ ਕੇ ਰੱਖ ਲਾਂਗੀ ਤੇ ਫਲੀਆਂ ਕੱਟ ਕੇ ਰੱਖ ਲਾਂਗੀ ਗਾਜਰਾਂ ਕੱਟ ਕੇ ਰੱਖ ਲਾਂਗੀ ਤੇ ਅੱਧਰ ਜੀ ਸਵੇਰੇ ਅਖਬਾਰ ਵਾਲਾ ਅਖਬਾਰ ਵੀ ਦੇ ਕੇ ਚਲਾ ਗਿਆ ਤੇ ਡੌਗੀ ਸੁੱਤਾ ਆਇਆ ਤੇ ਅਖਬਾਰ ਵੀ ਆਪਾਂ ਹੁਣ ਚੱਕਦੇ ਆਂ ਪਹਿਲਾਂ ਸਬਜ਼ੀਆਂ ਵਗੈਰਾ ਕੱਟ ਲਾਂਗੀ ਬਾਕੀ ਫਿਰ ਸਾਰੇ ਕੰਮ ਕਰਾਂਗੇ ਹਲੇ ਸਾਰੇ ਕੰਮ ਕਰਨੇ ਨੇ ਆਪਣੇ ਘਰ ਦੇ ਜਿੰਨੇ ਵੀ ਆਪਣੇ ਸਵੇਰ ਦੇ ਰੁਟੀਨ ਦੇ ਕੰਮ ਨੇ ਸਾਰੇ ਪਏ ਨੇ ਮੈਂ ਕਿ ਪਹਿਲਾਂ ਸਬਜ਼ੀਆਂ ਵਗੈਰਾ ਦਾ ਕੰਮ ਨੇ ਵੇੜ ਲੈਣੀ ਆ ਕੱਟਣ-ਕੁੱਟਣ ਦਾ ਰੱਖੰਦਾ ਫਿਰ ਇੱਕ ਵਾਰੀ ਸਫਾਈ ਵਗੈਰਾ ਕਰਾਂਗੇ ਤੇ ਹੁਣ ਧੁੱਪ ਇੰਨੀ ਤੇਜ਼ ਚੜ ਜਾਂਦੀ ਆ ਹੁਣ ਤਾਂ ਕੋਠੇ ਤੇ ਬਿਲਕੁਲ ਬਹਿਣਾ ਬੰਦ ਆ ਹੁਣ ਤਾਂ ਬੁਰਾ ਹਾਲ ਹੋਇਆ ਹੁੰਦਾ ਗਰਮੀ ਦੇ ਵਿੱਚ ਤੇ ਆ ਜੀ ਉੱਪਰ ਮੈਂ ਗਮਲੇ ਦੇ ਵਿੱਚ ਨਾ ਹਰਾ ਧਨੀਆ ਲਗਾਇਆ ਸੀਗਾ ਦੇਖੋ ਹਰਾ ਧਨੀਆ ਵੀ ਲੱਗ ਗਿਆ ਵਿੱਚ ਛੋਲਿਆਂ ਦਾ ਸਾਗ ਵੀ ਲੱਗਿਆ ਹੋਇਆ ਲੋ ਜੀ ਆਪਾਂ ਸਬਜ਼ੀਆਂ ਵਗੈਰਾ ਕੱਟਣ ਵਾਲੀਆਂ ਕੱਟ ਲਈਆਂ ਰੱਖਣ ਵਾਲੀਆਂ ਰੱਖਤੀਆਂ ਤੇ ਹੁਣ ਮੈਂ ਨਾ ਨੂੰ ਕੇ ਆ ਗਈਆਂ ਤੇ ਅੰਦਰ ਝਾੜੂ ਵਗੈਰਾ ਲਾਉਣ ਤੋਂ ਬਾਅਦ ਮੈਂ ਸਾਰਾ ਇੱਥੋਂ ਬਰਾਂਡੇ ਦੇ ਵਿੱਚੋਂ ਧੋ ਦਿੱਤਾ ਸੀਗਾ ਤੇ ਹੁਣ ਮੈਂ ਕਮਰਿਆਂ ਦੇ ਵਿੱਚੋਂ ਲਾਰਾਂਗੀ ਪੋਚਾ ਲੋਜੀ ਪੋਚਾ ਵਗੈਰਾ ਲਾਉਣ ਤੋਂ ਬਾਅਦ ਤੇ ਨਾਲੂ ਕਿ ਮੈਂ ਬੇਲੀ ਆ ਨਾ ਤਾਂ ਪਹਿਲਾਂ ਹੀ ਲਿੱਤੀ ਸੀ ਪੋਚਾ ਲਾਉਣ ਤੋਂ ਪਹਿਲਾਂ ਤੇ ਹੁਣ ਮੈਂ ਨਾਲ ਬਣਾ ਲਈ ਆ ਚਾਹ ਨਾਲ ਮੈਂ ਨਾਲ ਪੀਵਾਂਗੀ ਚਾਹ ਤੇ ਨਾਲ ਆਪਾਂ ਪੈਰ ਦੀ ਸਬਜ਼ੀ ਕੱਟਾਂਗੇ ਪਿੰਡੀ ਆਪਾਂ ਪਹਿਲਾਂ ਨਹੀਂ ਕੱਟ ਕੇ ਰੱਖ ਸਕਦੇ ਨਾ ਪਿੰਡੀ ਤਾਂ ਨਾਲ ਦੀ ਨਾਲ ਹੀ ਕੱਟੀਦੀ ਏ ਤੇ ਧੋ ਕੇ ਰੱਖੀ ਹੋਈ ਸੀ ਹੁਣ ਮੈਂ ਪਿੰਡੀ ਵੀ ਕੱਟਾਂਗੀ ਤੇ ਪਹਿਲਾਂ ਮੈਂ ਆਲੂ ਕੱਟਦੀ ਪਈ ਆ ਆਲੂ ਵੀ ਮੈਂ ਧੋ ਕੇ ਛਿੱਲ ਕੇ ਰੱਖ ਲਿਆ ਸੀ ਸੁੱਕ ਗਿਆ ਸੀ ਹਨ ਚੰਗੀ ਤਰ੍ਹਾਂ ਪਿਆਜ਼ ਵੀ ਧੋਤੇ ਪਏ ਨੇ ਤੇ ਆਲੂ ਪਿਆਜ਼ ਕੱਟ ਲਾਂਗੇ ਨਾਲ ਭਿੰਡੀ ਕੱਟਾਂਗੇ ਤਾਂ ਦੁਪਹਿਰੇ ਆਪਾਂ ਬਣਾਵਾਂਗੇ ਜੀ ਆਲੂ ਭਿੰਡੀ ਲੋ ਜੀ ਭਿੰਡੀ ਵਗੈਰਾ ਕੱਟਣ ਤੋਂ ਬਾਅਦ ਮੈਂ ਲਾ ਰਿਹਾ ਤੜਕਾ ਸਬਜੀ ਨੂੰ ਇਧਰ ਜੀ ਮੈਂ ਨਿੰਬੂ ਦੋਕ ਨਿੰਬੂ ਨੇ ਮੇਰੇ ਕੋਲ ਤੇ ਥੋੜਾ ਜਿਹਾ ਅਦਰਕ ਤੇ ਹਰੀ ਮਿਰਚ ਨੂੰ ਆਪਾਂ ਧੋ ਕੇ ਰੱਖ ਦਿੱਤਾ ਪਾਣੀ ਸੁੱਕ ਜਾਊਗਾ ਫਿਰ ਇਹਦਾ ਆਪਾਂ ਥੋੜਾ ਜਿਹਾ achar ਤਿਆਰ ਕਰਾਂਗੇ ਨਿੰਬੂ ਮੇਰੇ ਕੋਲ ਕੱਟ ਸੀਗੇ ਨਿੰਬੂ ਮੈਂ ਆਪਣੇ ਮੰਗਾਏ ਸੀ ਪਾਣੀ ਵਗੈਰਾ ਪੀਣ ਵਾਸਤੇ ਜਿਸ ਤਰ੍ਹਾਂ ਨਿੰਬੂ ਪਾਣੀ ਪੀਣ ਨੂੰ ਗਰਮੀ ਵਾਸਤੇ ਹੁਣ ਗਰਮੀ ਸ਼ੁਰੂ ਹੋ ਗਈ ਹੈ ਤੇ ਦੋ ਕ ਨਿੰਬੂ ਮੈਨੂੰ ਵਧੀਆ ਲੱਗੇ ਮੈਂ ਕਿਹਾ ਚਲੋ ਥੋੜਾ ਜਿਹਾ ਚਾਰ ਪਾ ਲੈਂਦੀ ਹਾਂ ਦੋ ਚਾਰ ਦਿਨ ਆਪਾਂ ਖਾ ਲਾਂਗੇ ਤੇ ਬਾਕੀ ਦਾ ਚਾਰ ਫਿਰ ਆਪਾਂ ਜਾਦਾ ਸਾਰੇ ਨਿੰਬੂ ਲੈ ਕੇ ਫਿਰ ਪਾਵਾਂਗੇ ਹਲੇ ਥੋੜਾ ਜਿਹਾ ਰੁੱਕ ਕੇ ਪਾਵਾਂਗੇ ਤੇ ਇਧਰ ਜੀ ਮੈਂ ਕਿਚਨ ਦੇ ਵਿੱਚ ਥੋੜਾ ਜਿਹਾ ਭਾਂਡੇ ਸੀਗੇ ਟੋਕਰੇ ਦੇ ਵਿੱਚ ਉਹਨਾਂ ਨੂੰ ਮੈਂ ਟੋਕਰਿਆਂ ਨੂੰ ਬੇਲਾ ਕਰ ਲਾਂਗੀ ਭਾਂਡਿਆਂ ਨੂੰ ਆਪਾਂ ਜੋੜ ਦਾਂਗੇ ਰੈਕ ਦੇ ਵਿੱਚ ਕੋਲੀਆਂ ਨੂੰ ਪਲੇਟਾਂ ਨੂੰ ਤੇ ਉਧਰ ਸਬਜੀ ਆਪਣੀ ਬਣ ਚੱਲੀ ਐ ਤੇ ਬਸ ਕਿਚਨ ਦੇ ਵੀ ਥੋੜੇ ਜਿਹੇ ਮੇਰੇ ਭਾਂਡੇ ਨੇ ਬਾਕੀ ਸਾਰਾ ਕੰਮ ਨਿਭੜ ਗਿਆ ਭਾਂਡੇ ਮਾਂਜ ਕੇ ਤੇ ਕਿਚਨ ਦੀ ਸਫਾਈ ਕਰ ਲਾਂਗੇ ਆਪਾਂ ਚਲੋ ਜੀ ਹੁਣ ਆਪਾਂ ਭਾਂਡੇ ਮਾਂਜਦੇ ਆਂ ਉੱਧਰ ਜੀ ਸਾਬਣ ਮੇਰਾ ਖਤਮ ਸੀਗਾ ਤੇ ਫਿਰ ਮੈਂ ਕਿਹਾ ਚਲੋ ਮੈਂ ਨਵੀਂ ਚੱਕੀ ਖੋਲ ਲੈਣੀ ਆ ਭਾਂਡਿਆਂ ਦੀ ਸਾਬਣ ਦੀ ਲੋ ਜੀ ਭਾਂਡੇ ਵਗੈਰਾ ਮਾਂਜ ਕੇ ਮੈਂ ਬੇਲੀ ਹੋ ਗਈਆਂ ਕਿਚਨ ਵਗੈਰਾ ਸਾਰਾ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਿਆ ਤੇ ਹੁਣ ਆਪਾਂ ਜੀ ਨਿੰਬੂ ਦਾ achar ਸ਼ੁਰੂ ਕਰਦੇ ਆ ਕਟਣਾ ਥੋੜਾ ਜਿਹਾ ਆਪਾਂ ਅਦਰਕ ਐਨੂੰ ਵੀ ਆਪਾਂ ਛਿਲਕੇ ਕੱਟ ਲਾਂਗੇ ਤੇ ਦੋ ਕੱਪੜੇ ਕੋਲ ਜਿਹੜੇ ਨਿੰਬੂ ਸੀਗੇ ਨਿੰਬੂ ਬਹੁਤ ਵਧੀਆ ਸੀਗੇ ਰਸ ਵਿੱਚ ਮਤਲਬ ਕਾਫੀ ਜੂਸ ਜਿਹਾ ਸੀਗਾ ਨਿੰਬੂਆਂ ਦੇ ਵਿੱਚ ਸੁੱਕੇ ਜਿਹਾ ਨਹੀਂ ਸੀਗੇ ਤੇ ਆਪਾਂ ਹਰੀਆਂ ਮਿਰਚਾਂ ਦੇ ਨਾ ਬੀਜ ਕੱਢ ਲਾਂਗੇ ਬੀਜ ਇਹਦੇ ਬਹੁਤ ਜ਼ਿਆਦਾ ਪੱਕੇ ਹੋਏ ਸੀ ਮਿਰਚਾਂ ਦੇ ਤੇ ਜੇ ਰੋ ਬੱਚੇ ਨੇ ਵੀ ਖਾਣੀ ਹੁੰਦੀ ਹੈ ਨਾ ਤੇ ਬੀਜ ਵਗੈਰਾ ਕੱਢੇ ਹੋਣ ਬੱਚੇ ਵੀ ਆਰਾਮ ਨਾਲ ਖਾ ਸਕਦੇ ਨੇ ਥੋੜੀ ਮਿਹਨਤ ਤਾਂ ਲੱਗੂਗੀ ਪਰ ਖਾਣ ਦੇ ਵਿੱਚ ਵੀ ਫਿਰ ਟੇਸਟੀ ਲੱਗੂਗਾ achar ਤੇ ਆਪਾਂ ਸਾਰੀਆਂ ਮਿਰਚਾਂ ਦੇ ਨੇ ਇੱਦਾਂ ਹੀ ਬੀਜ ਕੱਢ ਲਾਂਗੇ ਚਾਕੂ ਦੀ ਹੈਲਪ ਨਾਲ ਲੋ ਜੀ ਬੀ ਵਗੈਰਾ ਕੱਢ ਕੇ ਹਰੀਆਂ ਮਿਰਚਾਂ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਆ ਵੇਖੋ ਇਹਦੇ ਸਾਰੇ ਬੀਜ ਨਿਕਲੇ ਨੇ ਤੇ ਨਿੰਬੂਆਂ ਦੇ ਬੀਜ ਵੀ ਆਪਾਂ ਕੱਢ ਲਾਂਗੇ ਦਰਕ ਨੂੰ ਵੀ ਆ ਪਲੰਬਲੰਬਾ ਕੱਟ ਲਿਆ ਨਿੰਬੂ ਆਰੇ ਵੀ ਆਪਾਂ ਛੋਟੇ ਛੋਟੇ ਪੀਸ ਕੱਟ ਲਾਂਗੇ ਤੇ ਬੱਸ ਆਪਾਂ ਸਿੰਪਲ ਜਿਹਾ ਚਾਰ ਬਣਾਵਾਂਗੇ ਆਪਣੇ 4-5 ਦਿਨ ਲੰਘ ਜਾਊਗਾ ਇਹ 4 ਸਿੰਪਲ ਆਪਾਰੇ ਵਿੱਚ ਬਸ ਲੂਣ ਮਿਰਚ ਹਲਦੀ ਪਾਵਾਂਗੇ ਤੇ ਆਪਾਂ ਨਾ ਹੀ ਇਹਦੇ ਵਿੱਚ ਕੋਈ ਤੇਲ ਵਗੈਰਾ ਪਾਵਾਂਗੇ ਨਾ ਹੀ ਆਪਾਂ ਕੋਈ ਜ਼ਿਆਦਾ ਹੈਵੀ ਮਸਾਲੇ ਪਾਵਾਂਗੇ ਤੇ ਬਹੁਤ ਹੀ ਟੇਸਟੀ ਬਣੂਗਾ achar ਇਦਾਂ ਦਾ ਵੀ ਨਿੰਬੂ ਮਿਰਚਾਂ ਤੇ ਅਦਰਕ ਦਾ achar ਤੇ ਆਪਾਂ ਲੂਣ ਪਾਤਾ ਹੈ ਹਲਦੀ ਪਾਤੀ ਹੈ ਲਾਲ ਮਿਰਚ ਦੀ ਵੀ ਵੈਸੇ ਲੋੜ ਨਹੀਂ ਸੀ ਉਹ ਮੈਂ ਪਾ ਦਿੱਤੀ ਚਲੋ ਥੋੜੀ ਜੀ ਵੈਸੀ ਪਾਤੀ ਹੈ ਸਬਜ਼ੀ ਦੇ ਭੁਲੇਖੇ ਨਾਲ ਹੀ ਮੈਂ ਥੋੜੀ ਜੀ ਪਾਈ ਹੈ ਇਹ ਕੱਲਾ ਹਲਦੀ ਦੇ ਲੂਣ ਨਾਲ ਹੀ ਬਹੁਤ ਜ਼ਿਆਦਾ ਟੇਸਟੀ ਲੱਗਣਾ ਸੀ ਥੋੜੀ ਜੀ ਆਪਾਂ ਪਾ ਰਹੀ ਸੀ ਜਿਵੇਂ ਇਹ ਰਚੇ ਤੇ ਬਾਸ ਨੂੰ ਮੈਨੂੰ ਆਪਾਂ ਮਿਕਸ ਕਰਕੇ ਇੱਕ ਛੋਟੀ ਜੀ ਪਲਾਸਟਿਕ ਦੀ ਡੱਬੀ ਦੇ ਵਿੱਚ ਰੱਖ ਦਾਂਗੇ ਪਰ ਮੈਂ ਕੱਚ ਦੀ ਡੱਬੀ 'ਚ ਵੀ ਰੱਖ ਸਕਦੇ ਹਾਂ ਪਰ ਮੇਰੇ ਕੋਲ ਪਲਾਸਟਿਕ ਦੀ ਡੱਬੀ ਹੈਗੀ ਹੈ ਮੈਂ ਪਲਾਸਟਿਕ ਦੀ ਡੱਬੀ 'ਚ ਰੱਖ ਦਾਂਗੇ ਪਲਾਸਟਿਕ ਦੀ ਡੱਬੀ 'ਚ ਹੁੰਦਾ ਨਾ ਵੀ ਟੁੱਟਣ ਦਾ ਡਰ ਨਹੀਂ ਰਹਿੰਦਾ ਜੇ ਡਿਗ ਡੁਗ ਵੀ ਜਾਵੇ ਤੇ ਚਲੋ ਅਚਾਰ ਆਪਣਾ ਵੇਸਟ ਨਹੀਂ ਜਾਊਗਾ ਲੋ ਜੀ ਆਪਾਂ ਡੱਬੀ ਦੇ ਵਿੱਚ ਅਚਾਰ ਭਰਤਾ ਹੁਣ ਇਹਨੂੰ ਆਪਾਂ ਰੱਖ ਦਾਂਗੇ ਧੁੱਪੇ ਤੇ ਕੱਲ ਤੱਕ ਆਪਣਾ achar ਖਾਣ ਲੈ ਕੇ ਸਾਡਾ ਤਿਆਰ ਹੋ ਜਾਊਗਾ ਕਿਉਂਕਿ ਹੁਣ ਇੰਨੀ ਤੇਜ਼ ਧੁੱਪ ਚੜਦੀ ਐ ਤੇ ਹੁਣ achar ਵਗੈਰਾ ਕਰਨ ਤੋਂ ਬਾਅਦ ਜੀ ਮੈਂ ਇੱਧਰ ਆਟਾ ਗੁੰਨ ਲਾਂਗੀ ਨਾਲੇ ਜਿਹੜੇ ਮੇਰੇ ਮਿਰਚਾਂ ਵਾਲੇ ਹੱਥ ਸੀ ਨਾ ਥੋੜਾ ਆਰਾਮ ਮਿਲ ਜੂਗਾ ਹੱਥਾਂ ਨੂੰ ਵੀ ਆਟਾ ਗੁੰਨਣ ਨਾਲ ਨਹੀਂ ਤਾਂ ਫਿਰ ਮੂੰਹ ਮਾਤੇ ਲੱਗਦੇ ਐ ਨਾ ਕਈ ਵਾਰੀ ਸਾੜ ਜਾ ਪੈਣ ਲੱਗ ਜਾਂਦਾ ਤੇ ਹੁਣ ਜੀ ਮੈਂ ਸਾਰਾ ਕੰਮ ਕੰਮ ਕਰਕੇ ਬੇਲੀ ਹੋ ਕੇ ਗਾਜਰਾ ਵੀ ਕੱਟ ਕੇ ਰੱਖ ਲੀਆਂ ਨੇ ਤੇ ਨਾਲ ਆਪਾਂ ਦੁਪਹਿਰ ਦੇ ਵਾਸਤੇ ਕੱਟ ਲਿਆ ਸਲਾਦ ਥੋੜਾ ਜਿਹਾ ਗਾਜਰ ਤੇ ਮੂਲੀ ਤੇ ਗਾਜਰ ਜੀ ਖਾਣ ਦੇ ਵਿੱਚ ਨਾ ਬਹੁਤ ਜ਼ਿਆਦਾ ਟੇਸਟੀ ਲੱਗਦੀ ਵੀ ਸੀ ਹੁਣ ਕਲਰ ਵੀ ਬਹੁਤ ਵਧੀਆ ਜਿਹਾ ਸੀ ਗਾਜਰਾਂ ਦਾ ਬਹੁਤ ਮਿੱਠੀ ਮਿੱਠੀ ਲੱਗਦੀ ਵੀ ਸੀ ਮੈਂ ਇਸ ਵਾਰ ਸਲਾਦ ਚ ਕੱਟ ਲਈ ਹੈ ਤੇ ਸਬਜੀ ਨੂੰ ਆਪਾਂ ਹੁਣ ਜੀ ਗਰਮ ਕਰ ਲੰਨੇ ਆ ਅਦਰ ਕੋਲੀਆਂ ਦੇ ਵਿੱਚ ਆਪਾਂ ਦਹੀਂ ਪਾ ਲਿਆ ਤੇ ਅਦਰ ਆਪਣੇ ਫੁਲਕੇ ਵੀ ਸ਼ੁਰੂ ਹੋ ਗਏ ਨੇ ਨਾਲ ਦੀ ਨਾਲ ਹੁਣ ਆਪਾਂ ਸਾਰਿਆਂ ਨੂੰ ਦੁਪਹਿਰ ਦੀ ਰੋਟੀ ਖਵਾ ਦਾਂਗੇ ਤੇ ਫਿਰ ਆਪ ਵੀ ਖਾਵਾਂਗੇ ਲੋ ਜੀ ਸਾਰਿਆਂ ਨੂੰ ਮੈਂ ਰੋਟੀ ਖਵਾਤੀ ਐ ਮੈਂ ਹੁਣ ਆਪਣੀ ਪਲੇਟ ਲਗਾ ਲਈ ਐ ਆਲੂ ਪਿੰਡੀ ਦੀ ਸਬਜੀ ਨਾਲ ਪੁਦੀਨੇ ਦੀ ਚਟਨੀ ਤੇ ਨਾਲ ਮੂਲੀ ਤੇ ਗਾਜਰ ਦਾ ਸਲਾਦ ਤੇ ਬਹੁਤ ਹੀ ਜ਼ਿਆਦਾ ਟੇਸਟੀ ਸੀਗੀ ਸਬਜੀ ਪਿੰਡੀ ਦੀ ਤੇ ਗਾਜਰ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਵੀ ਸੀ ਮਿੱਠੀ ਮਿੱਠੀ ਮੈਂ ਫਿਰ ਥੋੜੀ ਜਿਹੀ ਚਟਨੀ ਲਗਾ ਕੇ ਖਾਧੀ ਹੋਰ ਵੀ ਜ਼ਿਆਦਾ ਟੇਸਟੀ ਲੱਗਦੀ ਪਈ ਐ ਮੈਂ ਜੀ ਇੱਧਰ ਫਟਾਫਟ ਲੱਗੀ ਹੋਈਆਂ ਰੋਟੀ ਖਾਣ। ਭੁੱਖ ਲੱਗੀ ਹੋਈ ਐ। ਕਿਉਂਕਿ ਮੈਂ ਸਵੇਰੇ ਨਹੀਂ ਨਾ ਖਾਂਦੀਆਂ ਰੋਟੀ ਤੇ ਫਿਰ ਦੁਪਹਿਰ ਤੱਕ ਭੁੱਖ ਲੱਗ ਜਾਂਦੀ ਐ। ਤੇ ਹੁਣ ਜੀ ਰੋਟੀ ਵਗੈਰਾ ਖਾਣ ਤੋਂ ਬਾਅਦ ਮੈਂ ਜੀ ਸੌਂ ਗਈ ਸੀਗੀ ਤੇ ਆ ਦੇਖੋ ਕਮਰੇ ਦੇ ਵਿੱਚ ਥੋੜੇ-ਥੋੜੇ ਧੁੱਪ ਆ ਰਹੀ ਐ, ਲਿਸ਼ਕੋਰ ਜੀ ਪੈ ਰਹੀ ਐ। ਪੂਰੀ ਤਰ੍ਹਾਂ ਨਹੀਂ ਲੱਗਦੀ ਵੀ ਮਤਲਬ ਕਿ ਧੁੱਪ ਲਿਸ਼ਕੋਰ ਜੀ ਪੈ ਰਹੀ ਐ ਕਮਰੇ 'ਚ ਲੋ ਜੀ ਮੈਂ ਹੁਣ ਸੌ ਕੇ ਉੱਠ ਗਈ ਆ। ਤੇ ਮੈਂ ਆਪਣੇ ਬਾਲ ਬੰਨ ਲਾਂਗੀ ਚੰਗੀ ਤਰ੍ਹਾਂ, ਜੂڑا ਢਿੱਲਾ ਜਾ ਹੋ ਗਿਆ ਸੀਗਾ। ਤੇ ਹੁਣ ਆਪਾਂ ਕਰਦੇ ਆਂ ਸ਼ਾਮ ਦੀ ਕਿਚਨ ਦੇ ਵਿੱਚ ਜਾ ਕੇ ਕੋਈ ਸਬਜੀ ਭਾਜੀ ਦੀ ਤਿਆਰੀ ਤੇ ਦਿਖਾਨੇ ਆ ਤੁਹਾਨੂੰ ਸ਼ਾਮ ਨੂੰ ਆਪਾਂ ਅੱਜ ਕੀ ਬਣਾਵਾਂਗੇ ਲੋ ਜੀ ਆਪਾਂ ਦੁਪਹਿਰੇ ਕੁਝ ਤਿਆਰੀਆਂ ਕਰਕੇ ਰੱਖ ਲੀਆਂ ਸੀ ਸ਼ਾਮ ਵਾਸਤੇ ਤੇ ਉਧਰ ਡੋਂਗੇਰੇ ਵਿੱਚ ਆਪਾਂ ਆਲੂ ਪਿਆਜ਼ ਤੇ ਹਰੀ ਮਿਰਚ ਕੱਟ ਕੇ ਰੱਖੀ ਹੋਈ ਹੈ ਤੇ ਅੱਧਰ ਆਪਾਂ ਲਸਣ ਉਹੋ ਕੇ ਤੇ ਛਿਲਕੇ ਕੱਟ ਕੇ ਰੱਖ ਲਿਆ ਤੇ ਨਾਲ ਆਪਾਂ ਉਧਰ ਪਲੇਟ ਦੇ ਵਿੱਚ ਪਿਆਜ਼ ਤੇ ਅਦਰਕ ਤੇ ਹਰੀ ਮਿਰਚ ਕੱਟ ਕੇ ਰੱਖੀ ਤੇ ਅਦਰ ਆਪਾਂ ਹਰੀ ਮਿਰਚ ਤੇ ਅਦਰਕ ਨੂੰ ਆਪਾਂ ਥੋੜਾ ਜਿਹਾ ਮਸ਼ੀਨ ਦੇ ਵਿੱਚ ਪੀਸ ਲਿਆ ਤੇ ਅੱਜ ਜੀ ਆਪਾਂ ਬਣਾਵਾਂਗੇ ਸ਼ਾਮ ਨੂੰ ਕੜੀ ਤੇ ਕੜੀ ਦੀ ਮਤਾੜਾ ਨਾਲ ਪੂਰੀ ਰੈਸਪੀ ਸ਼ੇਅਰ ਕਰਾਂਗੀ ਤੇ ਵੀਡੀਓ ਨੂੰ ਫੁੱਲ ਦੇਖਿਓ ਤੁਸੀਂ ਤੇ ਹਲੋ ਜੀ ਹੁਣ ਆਪਾਂ ਬੇਸਨ ਪਾ ਲੈਨੇ ਆ ਆਪਣੇ ਅਸਾਬ ਨਾਲੀ ਤੇ ਲੂਣ ਮਿਰਚ ਪਾ ਕੇ ਫਿਰ ਆਪਾਂ ਇਹਨੂੰ ਪਾਣੀ ਪਾ ਕੇ ਮਿਕਸ ਕਰਕੇ ਦੇਖ ਲਾਂਗੇ ਜੇ ਬੇਸਨ ਆਪਣਾ ਪਤਲਾ ਲੱਗਿਆ ਆਪਾਂ ਨੂੰ ਤੇ ਆਪਾਂ ਹੋਰ ਬੇਸਨ ਪਾ ਲਾਂਗੇ ਨਹੀਂ ਤਾਂ ਫਿਰ ਇਹਦੇ ਵਿੱਚ ਹੀ ਆਪਣਾ ਹੋ ਜਾਊਗਾ ਤਿਆਰ ਤੇ ਲਾਲ ਮਿਰਚ ਪਾਤੀ ਜਵੈਨ ਪਾਤੀ ਹਲਦੀ ਤੇ ਲੂਣ ਮਿਰਚ ਪਾਤਾ ਸੀਗਾ ਤੇ ਇਹਨੂੰ ਜੀ ਆਪਾਂ ਪਾਣੀ ਪਾ ਕੇ ਇਹਨੂੰ ਚੰਗੇ ਤਰ੍ਹਾਂ ਮਿਕਸ ਕਰ ਲਿਆ ਹੈ ਬੈਟਰ ਨੂੰ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਰੈਸਟ ਵੀ ਦਿੱਤਾ ਸੀ 5 6 ਮਿੰਟ ਇਦਰ ਆਪਾਂ ਕੜਾਹੀ ਦੇ ਵਿੱਚ ਤੇਲ ਵੀ ਗਰਮ ਕਰ ਲਿਆ ਸਰੋਂ ਦਾ ਤੇ ਹੁਣ ਆਪਾਂ ਗਰਮ-ਗਰਮ ਤੇਲ ਦੇ ਵਿੱਚ ਫਟਾਫਟ ਕੱਢਾਂਗੇ ਪਕੌੜੇ ਹੁਣ ਆਪਾਂ ਜੀ ਪਕੌੜੇ ਪਹਿਲਾਂ ਥੋੜੇ ਜਿਹਾ ਤਲ ਕੇ ਮੈਂ ਕੱਢ ਲਏ ਸੀਗੇ ਇੱਕ ਵਾਰ ਦੇ ਹੁਣ ਐਡ ਲਈ ਰਹਿ ਗਏ ਨੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਤਲਾਂਗੇ ਚੰਗੀ ਤਰ੍ਹਾਂ ਉਲਟਾ-ਪਲਟਾ ਲਾਂਗੇ ਤੇ ਇਦਰ ਜੀ ਆਪਣੇ ਕੋਲ ਸੀਗੀ ਲੱਸੀ ਤੇ ਥੋੜਾ ਜਿਹਾ ਮੈਂ ਦਹੀਂ ਪਾ ਲਿਆ ਲੱਸੀ ਘੱਟ ਸੀਗੀ ਤੇਰੇ ਵਿੱਚ ਆਪਾਂ ਬੇਸਨ ਪਾ ਲਿਆ ਬੇਸਨ ਦਾ ਕੋਲ ਤਿਆਰ ਕਰਾਂਗੇ ਅੱਧਰ ਜੀ ਆਪਾਂ ਤੇਲ ਦੇ ਵਿੱਚ ਥੋੜਾ ਜਿਹਾ ਜੀਰਾ ਪਾ ਕੇ ਭੁੰਨ ਲਿਆ ਸੀਗਾ ਤੇ ਅੱਧਰ ਆਪਾਂ ਸੁੱਕੇ ਮੇਥੇ ਤੇ ਸੁੱਕਾ ਤਨੀਆ ਪਾਤਾ ਹੈ ਹੁਣ ਜੀਰਾ ਭੁੰਨਣ ਤੋਂ ਬਾਅਦ ਤੇ ਹੁਣ ਆਪਾਂ ਪਾ ਦਾਂਗੇ ਜੀ ਜਿਹੜਾ ਆਪਣਾ ਲਸਣ ਕੱਟ ਕੇ ਰੱਖਿਆ ਹੋਇਆ ਬ੍ਰੀਕ ਬ੍ਰੀਕ ਤੇ ਸਾਰਾ ਕੁਝ ਮੈਂ ਧੋ ਕੇ ਹੀ ਕੱਟ ਕੇ ਰੱਖਿਆ ਸਮਾਨ ਤੇ ਲਸਣ ਨੂੰ ਵੀ ਆਪਾਂ ਜੀ 골ਡਨ ਬ੍ਰਾਊਨ ਕਰਾਂਗੇ ਤੇ ਲਸਣ ਨੂੰ ਵੀ ਆਪਾਂ ਜੀ ਚੰਗੀ ਤਰ੍ਹਾਂ ਭੁੰਨ ਲਿਆ ਸੀਗਾ ਹੁਣ ਆਪਾਂ ਪਿਆਜ਼ ਅਦਰਕ ਤੇ ਹਰੀ ਮਿਰਚ ਨੂੰ ਵੀ ਆਪਾਂ ਪਾ ਕੇ ਚੰਗੀ ਤਰ੍ਹਾਂ ਭੁੰਨ ਲੈਣੇ ਆ ਤੇ ਇਧਰ ਆਪਣਾ ਕੋਲ ਵੀ ਤਿਆਰ ਹੋ ਗਿਆ ਲੱਸੀ ਤੇ ਬੇਸਨ ਦਾ ਪਕੌੜੇ ਵੀ ਆਪਣੇ ਤਲੇ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਮਿਰਚ ਪਹਿਲਾਂ ਆਪਾਂ ਹਲਦੀ ਪਾ ਦਾਂਗੇ ਹਲਦੀ ਮੈਂ ਇੱਕ ਚਮਚ ਦੇ ਕਰੀਬ ਪਾਈ ਹੈ ਪਹਿਲਾਂ ਘੱਟ ਪਾਈ ਸੀ ਥੋੜੀ ਜਿਹੀ ਹੋਰ ਪਾਤੀ ਆ ਮੈਂ ਥੋੜੀ ਜਿਹੀ ਲਾਲ ਮਿਰਚ ਪਾਤੀ ਆ ਲਾਲ ਮਿਰਚ ਵੀ ਆਪਾਂ ਆਪਣੇ ਸਵਾਦ ਦੇ ਅਕੋਰਡਿੰਗ ਪਾਵਾਂਗੇ ਜਿੰਨੀ ਕ ਆਪਾਂ ਖਾ ਸਕਦੇ ਆ ਕਿਉਂਕਿ ਆਪਾਂ ਹਰੀਆਂ ਮਿਰਚਾਂ ਵੀ ਪਾਈਆਂ ਹੋਈਆਂ ਨੇ ਤੇ ਲੂਣ ਪਾਤਾ ਨਾਲ ਤੇ ਥੋੜਾ ਜਿਹਾ ਆਪਾਂ ਪਾ ਦਾਂਗੇ ਜੀ ਗਰਮ ਮਸਾਲਾ ਇਹ ਗਰਮ ਮਸਾਲਾ ਜੀ ਆਪਣੇ ਘਰ ਦਾ ਹੀ ਪੀਸਿਆ ਹੋਇਆ ਹੈ ਤੇ ਹੁਣ ਇਹਨੂੰ ਆਪਾਂ ਮਿਕਸ ਕਰਕੇ ਤੇ ਬੇਸਨ ਦਾ ਜਿਹੜਾ ਘੋਲ ਬਣਾ ਕੇ ਰੱਖਿਆ ਆਪਾਂ ਲੱਸੀ ਦਾ ਉਹ ਪਾ ਦਾਂਗੇ ਵਿੱਚ ਤੇ ਥੋੜਾ ਬੋਤਾ ਪਾਣੀ ਵੀ ਪਾਵਾਂਗੇ ਨਾਲ ਲੋ ਜੀ ਹੁਣ ਆਪਾਂ ਕੜੀ ਨੂੰ ਨਾ ਚੰਗੇ ਤਰ੍ਹਾਂ ਹਿਲਾਉਂਦੇ ਰਵਾਂਗੇ ਜਦ ਨੂੰ ਜਦ ਤੱਕ ਇਹ ਵਾਲੇ ਨਹੀਂ ਹਣੇ ਸ਼ੁਰੂ ਹੋ ਜਾਂਦੇ ਉਰੋਂ ਤੱਕ ਆਪਾਂ ਕੜੀ ਨੂੰ ਹਲਾਵਾਂਗੇ ਕੜਛੀ ਨਾਲ ਤੇ ਅੱਦਰ ਜੀ ਮੈਂ ਥੋੜਾ ਜਿਹਾ ਸਮਾਨ ਮੰਗਾਇਆ ਸੀ ਕਿਚਨ ਦਾ ਕਰਿਆਨੇ ਦਾ ਹਲੇ ਮੈਂ ਥੋੜਾ ਜਿਹਾ ਮੰਗਵਾ ਲਿਆ ਕਿਉਂਕਿ ਜੁਬਰਾਏ ਦੇ ਪਾਪਾ ਨੇ ਅਚਾਨਕ ਹੀ ਫੋਨ ਕਰਤਾ ਹੁਣ ਇੱਧਰ ਮੈਂ ਕੜੀ ਬਣਾ ਰਹੀ ਸੀਗੀ ਤੇ ਹਲੇ ਸਮਾਨ ਆਪਣਾ ਲਿਖਿਆ ਵੀ ਨਹੀਂ ਸੀਗਾ ਤੇ ਹੁਣ ਜਿਹੜਾ ਜਿਹੜਾ ਮੇਰੇ ਦਿਮਾਗ ਦੇ ਵਿੱਚ ਆਇਆ ਉਹ ਮੈਂ ਦੱਸਤਾ ਫੋਨ ਤੇ ਵੀ ਜਿਹੜਾ ਜ਼ਰੂਰੀ ਜ਼ਰੂਰੀ ਸੀ ਉਹ ਫਿਰ ਮੈਂ ਮੰਗਾ ਲਿਆ ਹਲੇ ਬਾਕੀ ਫਿਰ ਸਾਰਾ ਆਪਾਂ ਕਾਪੀ ਤੇ ਲਿਖਾਂਗੇ ਤੇ ਫਿਰ ਉਹ ਬਾਅਦ ਚੋ ਲਿਆਵਾਂਗੇ ਹਲੇ ਜ਼ਰੂਰੀ ਜ਼ਰੂਰੀ ਮੰਗਾ ਲਿਆ ਮੈਂ ਤੇ ਇੱਧਰ ਜੀ ਕੜੀ ਨੂੰ ਥੋੜੇ ਜਿਹਾ ਵਾਲੇ ਆਣੇ ਸ਼ੁਰੂ ਹੋ ਗਏ ਨੇ ਤੇ ਨਾਲ ਦੀ ਨਾਲ ਮਹਿਲਾ ਰਹੀਆਂ ਗੜੀ ਨੂੰ ਤੇ ਨਾਲ ਦੀ ਨਾਲ ਫਿਰ ਮੈਂ ਇੱਧਰ ਡੱਬਿਆਂ ਦੇ ਵਿੱਚ ਦਾਲਾਂ ਪਾ ਦਾਂਗੀ ਤੇ ਜੇ ਫਰੈਂਡ ਤੁਹਾਨੂੰ ਮੇਰੀ ਵੀਡੀਓਜ਼ ਮੇਰੇ ਬਲੌਗ ਵਧੀਆ ਲੱਗਦੇ ਨੇ ਤੇ ਪਲੀਜ਼ ਲਾਈਕ ਵੀ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਵੀ ਕਰ ਦਿਆ ਕਰੋ ਤੇ ਕਮੈਂਟ ਕਰਕੇ ਵੀ ਮੈਨੂੰ ਦੱਸਿਆ ਕਰੋ ਵੀ ਮੇਰੀ ਵੀਡੀਓ ਦੇ ਵਿੱਚ ਜੇ ਕੋਈ ਕਮੀ ਪੇਸ਼ੀ ਹੈ ਤਾਂ ਪਲੀਜ਼ ਮੈਨੂੰ ਮੇਰੀ ਕਮੀਆਂ ਵੀ ਦੱਸਿਆ ਕਰੋ ਲਓ ਜੀ ਇੱਧਰ ਕੜੀ ਦੇ ਵਿੱਚ ਵੀ ਉਬਾਲੇ ਵਗੈਰਾ ਆ ਚੁੱਕੇ ਨੇ ਤੇ ਹਲੇ ਮੈਂ ਥੋੜਾ ਸੇਕਾ ਘਟਾ ਲੇਤਾ ਤੇ ਇਹਨੂੰ ਮੈਂ ਹਲੇ ਟਕਾਂਗੀ ਨਹੀਂ ਕਿਉਂਕਿ ਕੜਾਈ ਦੇ ਵਿੱਚ ਉੱਪਰ ਤਾਂ ਕਈ ਹੋਈ ਹੈ ਕੜੀ फेर ਬਾਹਰ ਨਿਕਲੂਗੀ ਤੇ ਹੁਣ ਜੀ ਕੜੀ ਆਪਣੀ 15-20 ਮਿੰਟ ਵਾਸਤੇ ਮੈਂ ਰੱਖ ਦਿੱਤੀ ਸੀ ਘੱਟ ਸੇਕ ਕੇ ਤੇ ਹੁਣ ਆਪਾਂ ਜੀ ਇਹਦੇ ਵਿੱਚ ਪਾਵਾਂਗੇ ਪਕੌੜੇ ਕੜੀ ਆਪਣੀ ਚੰਗੀ ਤਰ੍ਹਾਂ ਪੱਕ ਚੁੱਕੀ ਆ 15-20 ਮਿੰਟ ਰੱਖੀ ਸੀ ਮੈਂ ਤੇ ਹੁਣ ਜੀ ਮੈਂ ਤੇ ਸੇਕ ਕੇ ਤੇ ਇੱਕ ਵਾਰੀ ਹੋਰ ਉਬਾਲਾ ਦਿਵਾ ਲਿਆ ਕੜੀ ਨੂੰ ਨਾਲ ਹੀ ਆਪਾਂ ਗਰਮ-ਗਰਮ ਕੜੀ ਦੇ ਪਕੌੜੇ ਪਾਤੇ ਆ ਤੇ ਗੈਸ ਨੂੰ ਮੈਂ ਬੰਦ ਕਰ ਦਿੱਤਾ ਕਿਉਂਕਿ ਕੜੀ ਕਾਫੀ ਗਰਮ ਹੈ ਤੇ ਪਕੌੜੇ ਪੌਣ ਤੋਂ ਬਾਅਦ ਇੱਕ ਵਾਰੀ ਇਹਨੂੰ ਮਿਕਸ ਕਰਕੇ ਤੇ ਅੱਧਾ ਹੀ ਟੱਕ ਕੇ ਰੱਖ ਦਾਂਗੇ ਤੇ ਪਕੌੜੇ ਚੰਗੀ ਤਰ੍ਹਾਂ ਕੜੀ ਦੇ ਵਿੱਚ ਮਿਕਸ ਹੋ ਜਾਣਗੇ ਕੜੀ ਐਂ ਚੰਗੀ ਤਰ੍ਹਾਂ ਭਰ ਜੂਗੀ ਪਕੌੜੀਆਂ 'ਚ ਤੇ ਜਾਰਾ ਫਿਰ ਮੈਂ ਸੇਕਾ ਨਹੀਂ ਲਵਾਰੀ ਕਿਉਂਕਿ ਕੜੀ ਕਾਫੀ ਪਹਿਲਾਂ ਹੀ ਗਾੜੀ ਲੱਗਦੀ ਪਈ ਹੈ ਮੈਨੂੰ ਤੇ ਉਦਾਂ ਵੀ ਹੁਣ ਕਾਫੀ ਗਰਮ ਤਾਂ ਹੈਗੀ ਐ ਇਹ ਕੜੀ ਬਸ ਹੁਣ ਟੱਕ ਕੇ ਰੱਖ ਦਾਂਗੇ ਹੁਣ ਆਪਾਂ ਲੋ ਜੀ ਹੁਣ ਰਾਤ ਦਾ ਟਾਈਮ ਹੈ ਤੇ ਹੁਣ ਹੋ ਗਿਆ ਜੀ ਰੋਟੀ ਖਾਣ ਦਾ ਟਾਈਮ ਆ ਦੇਖੋ ਹੁਣ ਬਿਲਕੁਲ ਠੰਡੀ ਹੋਈ ਪਈ ਕੜੀ ਹੁਣ ਮੈਂ ਗੈਸ ਤੇ ਰੱਖਤੀ ਐ ਕੜੀ ਗਰਮ ਹੋਣ ਵਾਸਤੇ ਨਾਲ ਆਪਾਂ ਹਰਾ ਧਨੀਆ ਵੀ ਪਾ ਦਿੱਤਾ ਤੇ ਥੋੜਾ ਜਿਹਾ ਮੈਰੇ ਚ ਜੀ ਜੀਰਾ ਭੁੰਨ ਕੇ ਪਾਇਆ ਹੈ ਜੀਰੇ ਨੂੰ ਆਪਾਂ ਭੁੰਨ ਕੇ ਤੇ ਉਹਨੂੰ ਆਪਾਂ ਚੱਕਲੇ ਬੇਲਣੇ ਦੇ ਉੱਤੇ ਥੋੜਾ ਜਿਹਾ ਪੀਸ ਲਿਆ ਤੇ ਇਦਾਂ ਜੀਰੇ ਨਾਲ ਨਾ ਬਹੁਤ ਜ਼ਿਆਦਾ ਟੇਸਟੀ ਲੱਗਦੀ ਐ ਕੜੀ ਇਹ ਬੜਾ ਵਧੀਆ ਫਲੇਵਰ ਆਂਦਾ ਹੈ ਕੜੀ ਦੇ ਵਿੱਚ ਜੀਰੇ ਨਾਲ ਭੁੰਨ ਕੇ ਜੀਰਾ ਇਦਾਂ ਪਾਉ ਉਹ ਤਾਂ ਪਾਊਡਰ ਜਿ ਬਣਾ ਕੇ ਤੇ ਅਦਰ ਜੀ ਨਾਲ ਆਪਣੇ ਗਰਮ ਗਰਮ ਚੋਲ ਬੰਦੇ ਪਏ ਨੇ ਤੇ ਕੜੀ ਨੂੰ ਵੀ ਮੈਂ ਥੋੜਾ ਥੋੜਾ ਸਿੱਕ ਕੇ ਤੇ ਰੱਖ ਦਿੱਤਾ ਹੈ ਗਰਮ ਹੁੰਦੀ ਰਹੂਗੀ ਨਾਲ ਨਾਲ ਬਸ ਚੋਲ ਵੀ ਆਪਣੇ ਬਣ ਚੱਲੇ ਆ ਫਿਰ ਆਪਾਂ ਨਾਲ ਹੀ ਗਰਮ ਗਰਮ ਕੜੀ ਚੋਲ ਖਾਵਾਂਗੇ ਤੇ ਕੜੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀਗੀ ਮਜ਼ਾ ਆ ਗਿਆ ਸੀ ਕੜੀ ਖਾ ਕੇ ਨਾ ਤਾਂ ਬਹੁਤ ਜ਼ਰਾ ਖੱਟੀ ਸੀਗੀ ਤੇ ਬਹੁਤ ਮਤਲਬ ਟੇਸਟੀ ਲੱਗਦੀ ਲੱਗਦੀ ਵੀ ਚਿੜੀ ਬਾਜੀ ਚੋਲਾਂ ਦੇ ਵਿੱਚ ਥੋੜੀ ਜਿਹੀ ਕਸਰ ਹੈ ਬਸ 5 ਕੁ ਮਿੰਟ ਦੀ ਹੋਰ ਲੋ ਜੀ ਆਪਣੇ ਚੋਲ ਵੀ ਬਣ ਗਏ ਨੇ ਤੇ ਬਾਕੀ ਸਾਰਿਆਂ ਨੂੰ ਮੈਂ ਨਾਲ ਦੀ ਨਾਲ ਪਾ ਕੇ ਦੇ ਦਿਆ ਘੜੀ ਚੋਲ ਤੇ ਮੈਂ ਹੁਣ ਜੀ ਆਪਣੀ ਪਲੇਟ ਲਗਾ ਲਈ ਹੈ ਤੇ ਦੇਖੋ ਜੀ ਕੜੀ ਦੇਖ ਕੇ ਤਾਂ ਮੇਰੇ ਕੋਲ ਸਬਰ ਵੀ ਨਹੀਂ ਹੋ ਰਿਹਾ ਹੈਗਾ ਕੜੀ ਤਾਂ ਮੇਰੀ ਵੈਸੇ ਬਹੁਤ ਜ਼ਿਆਦਾ ਫੇਵਰਟ ਹੈ ਤੇ ਮੈਂ ਰਸੋਈ ਦੇ ਵਿੱਚ ਹੀ ਫਟਾਫਟ ਖਾਣ ਲੱਗ ਗਈ ਆ ਅੰਦਰ ਜਾਣ ਦਾ ਵੀ ਵੇਟ ਨਹੀਂ ਹੋ ਰਿਹਾ ਮੇਰੇ ਕੋਲ ਮੈਂ ਫਟਾਫਟ ਕਾਫੀ ਗਰਮ ਸੀਗੀ ਚੋਲ ਵੀ ਗਰਮ ਸੀਗੇ ਤੇ ਫਟਾਫਟ ਮੈਂ ਫੂਕ ਮਾਰ ਕੇ ਠੰਡੇ ਕਰਕੇ ਖਾ ਰਹੀ ਆ ਤੇ ਨਾਲ ਬਸ ਮੈਂ ਪਿਆਜ਼ ਕੱਟੇ ਨੇ ਪਿਆਜ਼ ਬਹੁਤ ਜ਼ਿਆਦਾ ਟੇਸਟੀ ਲੱਗਦੇ ਐ ਅਦਾ ਕੜੀ ਦੇ ਨਾਲ ਨਾ ਕੜੀ ਛੋਲ ਦੇ ਨਾਲ ਖਾਣ ਨੂੰ ਤੇ ਆਓ ਫਰੈਂਡ ਤੁਸੀਂ ਵੀ ਆ ਕੇ ਖਾ ਲਓ ਕੜੀ ਛੋਲ ਸਾਡੇ ਨਾਲ ਤੇ ਜੇ ਫਰੈਂਡ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪਲੀਜ਼ ਮੈਨੂੰ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ